ये हम गांव वाले ने तो नहीं, इनका जो है वो आपस में डिसाइड तो डाल सकते हैं ना, ट्रक जब होता है। नहीं भाई, जो इनकी जगह है, इनकी कनाल जगह है दरबार के लिए, बाबा जी दरबार दे वास्ते इन्हां दी कनाल जगह है। हुण ये आपस च वंडन, उहदे विच असीं ते इन्हां नूं कह ही सकने ना कि यार तुसीं अद्धो अद्ध कर लवो, ठीक है, एक बंदा ज्यादा मान लवे या एक थोड़ा मान लवे, असीं ठीक है दूसरे दे नाल खड़े हो जाएंगे, पर मस्जिद की जिहड़ी जगह है उहदे विच ते नहीं ना इन्हां दा इस्तेकाक, ना ज़ुल्फ़कार शाह दा। मस्जिद की जगह ते दरबार भी नहीं बन सकदा। नहीं, उत्थे ना दरबार बन सकदा है और ना बाकी रह गई गल कि इस तों अगे मस्जिद ले जाण दी, भाई जिहड़ी जगह ते एक बारी मस्जिद की बिल्डिंग बन जाए ना, उस तो अगे उन्हूं वसीह किया जा सकता है, उन्हूं बाद च वजूखाना या उन्हूं जिहड़ा गुसलखाना नहीं बनाया जा सकता, उत्थे नमाज ही पढ़ी जा सकती है। इस तो अगे असीं वधा के लै जा सकते हैं, इन्हूं खत्म नहीं कर सकते। असीं यही अर्ज की है कि यह मस्जिद सी, इन्हूं मस्जिद ही रहन दे। इत्थों पिछां किवें गई चली, पहले इत्थे सी मस्जिद, जे इत्थों पिछां जा सकती तो होर पिछां नहीं हो सकती मस्जिद। तनाजा पै गया, एक भी मैं उत्थे अगे बनाउनी, एक मैं पिछे बनाउनी। बात भाई ये है कि इनका आपस का तनाजा है, कनाल जगह दरबार की है, वो एक बंदे ने संभाली है, वो दूसरा जो है वो उसने हमारे गांव वालों की मस्जिद की जगह पे कब्जा किया हुआ है, इस इवज में कि वो हम इसको लेके दें। हम कोई ठेकेदार तो नहीं है कि एक बंदे को हम मार तो नहीं सकते, वो अपने घर में बैठा, हम उसको किस तरह मारें या उसको किस तरह निकालें कि भाई आप निकल जाओ इधर से, ठीक है। अगर आप केस करो, प्रॉपर तरीका करो और जो 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 डेढ़ कनाल जगह मस्जिद की है वो तो छोड़े ना, वो जिस भी बंदे के पास है वो छोड़ दे, कोई छोड़ देनी चाहिए। पीर ज़ुल्फ़कार शाह साहब इधर मौजूद हैं, आप ही आ जाएंगे। शाह साहब क्या मामला है ये? कोई भी मेरे भाई मामला नहीं है किसी किस्म का, शहीद कर शहीद की सी, शहीद इन्होंने की पिंड कहता तुसी की ਉਹ ਨਹੀਂ ਜੀ, ਪਿੰਡ ਤੇ ਐਵੇਂ ਹੀ ਹੈ ਨਾ, ਟੋਲਾਬਾਜ਼ੀ ਤੇ ਹੋਈ। ਪਹਿਲੇ ਨੰਬਰ ਤੇ ਗੱਲ ਇਹ ਕਿ ਅਸਾਂ ਮਸਜਿਦ ਦਾ ਨਾਂ ਹੁਣ ਤੂੰ ਪਹਿਲਾਂ ਇੱਥੇ ਰਿਹਾ ਜੀ, ਸਾਡਾ ਦਾਦਾ ਪੜਦਾਦਾ ਮਸਜਿਦ ਦੀ ਜਗ੍ਹਾ ਇਨਾਮ ਉਰ ਰਹਿਮਾਨ ਸਾਹਿਬ ਨੇ ਤੁਹਾਨੂੰ ਦਿੱਤੀ ਹੈ। ਬਿਲਕੁਲ ਬਿਲਕੁਲ, ਇਹ ਦਰਵਾਜ਼ਾ ਇਹ ਪਹਿਲਾਂ ਮਸਜਿਦ ਸੀ, ਇੱਧਰ ਦਰਵਾਜ਼ਾ ਪਿੱਛੇ ਕਿਉਂ ਗਿਆ? ਇਹ ਗੱਲ ਮਸਜਿਦ ਨਾਜ਼ਰੀਨ ਆਪਕੋ ਦਿਖਾਤੇ ਹੈ, ਪੀਰ ਸਾਹਿਬ ਆ ਜਾਏ ਆਪ ਸਾਥ, ਇਹ ਦਿਖਾਤੇ ਹੈ ਔਰ ਇਸਕੋ ਸਾਥ ਬਰੀਫ ਕਰਤੇ ਹੈ ਕਿ ਆਖਿਰ ਇਹ ਮਸਜਿਦ ਥੀ ਕਿਆ? ਇਹ ਪਹਿਲਾਂ ਮਸਜਿਦ ਕਾ ਕਮਰਾ ਸੀ, ਇੱਧਰ ਅਜ਼ਾਨ ਹੁੰਦੀ ਸੀ, ਇਹ ਮਸਜਿਦ ਦਾ ਸੀਨ ਸੀ ਸਾਰਾ। ਇਹ ਪੀਰ ਜ਼ੁਲਫ਼ਕਾਰ ਨੇ ਦਰਵਾਜ਼ਾ ਪਿੱਛੇ ਖੋਲ ਦਿੱਤਾ, ਮਸਜਿਦ ਇੱਥੋਂ ਖਤਮ ਹੋ ਕਰ ਦਿੱਤੀ ਨਾ। ਹਾਂ, ਇਹ ਦਰਵਾਜ਼ਾ ਵੇਖ ਨਜ਼ਰ ਆ ਰਿਹਾ, ਦਰਵਾਜ਼ਾ ਗੱਲ ਸੁਣੋ ਜੀ। ਅੱਛਾ ਭਾਈ ਜੀ, ਭਾਈ ਮੈਂ ਹੀ ਖੋਲਿਆ ਸੀ, ਇੱਕ ਗੱਲ ਤਾਂ ਸੁਣੋ ਨਾ ਤੁਸੀਂ ਖੋਲਿਆ, ਜਦੋਂ ਇਹ ਮਸਜਿਦ ਦਾ ਜਿਹੜਾ ਨਾ ਫੈਸਲਾ, ਜਦੋਂ ਮਸਜਿਦ ਦਾ ਫੈਸਲਾ ਹੋ ਗਿਆ, ਕਿੰਨੇ ਫੈਸਲਾ ਕੀਤਾ? ਜੋ ਸ਼ੌਕਤ ਨੇ, ਰਿਹਾਇਸ਼ੀ ਕਮਰਾ ਬਣਾ ਲੋ, ਯਾਨੀ ਮਸਜਿਦ ਦੀ ਜਗ੍ਹਾ, ਮਸਜਿਦ ਜਗ੍ਹਾ ਤੇ ਤੁਸੀਂ ਚਲੇ ਜਾਓ ਤੇ ਇਹ ਦੂਜੀ ਸਾਰੀ ਜਗ੍ਹਾ ਤੁਸੀਂ ਛੱਡ ਦਿਓ। ਮਸਜਿਦ ਦੀ ਜਗ੍ਹਾ ਚ ਤੁਸੀਂ ਰਿਹਾਇਸ਼ ਕਰ, ਤੁਸੀਂ ਰਿਹਾਇਸ਼ ਕਰ, ਉਹਨੇ ਕਿਹਾ, ਉਹਨੇ ਕਿਹਾ ਸੀ ਮਸਜਿਦ ਦੀ ਜਗ੍ਹਾ ਚ ਰਿਹਾਇਸ਼ ਹੋ ਸਕਦੀ? ਤੁਹਾਨੂੰ ਪਤਾ ਭਾਈ, ਮੇਰੀ ਬਾਤ ਤਾਂ ਸੁਣੋ ਨਾ, ਪੀਰ ਪੀਰ ਹੋ ਨਾ ਤੁਸੀਂ, ਭਾਈ ਗੱਲ ਤਾਂ ਸੁਣ ਲਓ ਪਹਿਲਾਂ ਪੂਰੀ। ਜਦੋਂ ਇਹ ਫੈਸਲਾ ਹੈ ਨਹੀਂ, ਇਹ ਹੋ ਸਕਦਾ ਤਾਂ ਦਬਾਅ ਵੀ ਹੁੰਦਾ ਨਾ, ਅਸਾਂ ਇਹ ਹੋ ਸਕਦਾ ਕਿ ਮਸਜਿਦ ਦੀ ਜਗ੍ਹਾ, ਫਿਰ ਫੈਸਲਾ ਵੀ ਸੁਣੋ ਨਾ, ਫਿਰ ਤੁਸੀਂ ਕਿਉਂ ਮੰਨ ਦੂਜਾ ਫੈਸਲਾ? ਉਹਨਾਂ ਨੂੰ ਮਸਲਾ ਨਹੀਂ, ਇੱਕ ਨਹੀਂ ਇੱਕ ਜਗ੍ਹਾ ਮੰਨਿਆ ਨਾ ਅਸਾਂ, ਮੰਨਿਆ ਇਹ ਉਹਨਾਂ ਕਿਹਾ ਕਿ ਕਨਾਲ ਜਗ੍ਹਾ 10 ਮਰਲੇ ਤੁਹਾਨੂੰ, ਜਾਂ 10 ਮਰਲੇ ਹੈਗਾ ਜਗ੍ਹਾ ਦੇ ਦੇਵਾਂਗੇ ਜਾਂ ਤੁਹਾਨੂੰ 10 ਮਰਲੇ ਦੇ ਪੈਸੇ। ਮਸਲਾ ਸਿੱਧਾ ਹੈ, ਮਸਲਾ ਸਿੱਧਾ ਪੀਰ ਸਾਹਿਬ, ਕਿ ਜਦੋਂ ਤੁਸੀਂ ਮਸਜਿਦ ਦੀ ਜਗ੍ਹਾ ਮੁਖਤਸ ਹੈ ਨਾ ਜਿਹੜੀ, ਉਸ ਜਗ੍ਹਾ 'ਚ ਤੁਸੀਂ ਮਸਜਿਦ ਦੀ ਬਣਾ ਸਕਦੇ ਹੋ ਦੁਬਾਰਾ। ਤੁਸੀਂ ਕਹਿੰਦੇ ਹੋ ਕਿ ਤੁਸੀਂ ਮਸਜਿਦ ਦੀ ਜਗ੍ਹਾ 'ਚ ਰਿਹਾਇਸ਼ ਰੱਖਣੀ ਸੀ, ਉਹਨਾਂ ਨੇ ਫੈਸਲਾ ਕੀਤਾ, ਤੇ ਤੁਸੀਂ ਉਹਨਾਂ ਨੂੰ ਸ਼ਰੀ ਮਸਲਾ ਨਹੀਂ ਦੱਸਿਆ? ਅਸਾਂ ਉਸ ਗੱਲ ਤੋਂ ਇਨਕਾਰ ਹੋ ਗਏ ਨਾ, ਅਸਾਂ ਕਿਹਾ ਕਿ ਸਾਨੂੰ 10 ਮਰਲੇ ਜਗ੍ਹਾ ਦੇ ਦੇਣਗੇ ਜਾਂ ਪੈਸੇ ਦੇ ਦੇਣਗੇ, ਅਸੀਂ ਪਰਲੇ ਪਾਸੇ ਬਾਹਰ ਜਗ੍ਹਾ ਲੈ ਲਾਂਗੇ, ਉੱਥੇ ਡੇਰਾ ਬਣਾ ਲਾਂਗੇ। ਸ਼ਹੀਦ ਤੁਸੀਂ ਕੀਤੀ? ਨਾ ਨਹੀਂ, ਅਸਾਂ ਕੀਤੀ ਭਾਈ। ਪਿੰਡ ਕਹਿੰਦਾ ਸ਼ਹੀਦ ਭਾਈ, ਪਿੰਡ ਹੁਣ ਆਖਦਾ ਸ਼ਹੀਦ ਪੀਰ ਮੀਨ ਸ਼ਾਹ ਨੇ ਕੀਤੀ ਹੈ। ਤੁਸੀਂ ਬਣਾ ਨਹੀਂ ਦਿੱਤੀ? ਅਸਾਂ ਭਾਈ ਬਣਾਈ ਹੈ, ਸੋ ਅਸਾਂ ਤਾਂ ਬਣਾਉਂਦੇ ਹਾਂ ਹੁਣ ਵੀ, ਅਸਾਂ ਆਪਣੇ ਮਕਾਨ ਢਾਏ ਨੇ। ਮਸਜਿਦ ਸਾਰੀ ਜਗ੍ਹਾ ਤੇ ਕਬਜ਼ਾ ਸਾਡਾ,
ਕੀਤਾ ਕਬਜ਼ਾ ਤੁਸੀਂ ਤੇ ਮਸਜਿਦ ਬਣਾ ਲਈ ਅਸੀਂ ਬਣਾ ਰਹੇ ਹਾਂ ਨਾ ਮਸਜਿਦ ਇੱਥੇ ਕਿੰਨੇ ਅਰਸੇ ਤੋਂ ਬਣਾ ਰਹੇ ਸਾਨੂੰ 2 ਸਾਲ ਹੋ ਗਏ ਨੇ ਬਣਾਉਂਦੇ ਇੱਥੇ ਲੋਕ ਸਜਦਾ ਕਰਦੇ ਸੀ ਤੁਸੀਂ 2 ਸਾਲ ਹੋ ਗਏ ਨੇ ਬਣਾਉਂਦੇ ਆ ਸਾਨੂੰ ਅਸਾਂ ਹੁਣ ਵੀ ਪੀਰ ਸਾਹਿਬ ਮੇਰੀ ਗੱਲ ਦੱਸੋ ਪੀਰ ਸਾਹਿਬ ਮੇਰੀ ਗੱਲ ਸੁਣੋ ਤੁਸੀਂ ਪੀਰ ਸਾਹਿਬ ਹੋ ਤੁਸੀਂ ਜਰਾ ਠੰਡੇ ਦਿਮਾਗ ਇਸਲਾਮ ਕੀ ਕਹਿੰਦਾ ਮਸਜਿਦ ਇਹੋ ਹੀ ਕਹਿੰਦਾ ਕਿ ਤਜ਼ੀਮ ਕਰੋ ਹੋਰ ਕੀ ਕੀ ਤਜ਼ੀਮ ਤਜ਼ੀਮ ਇਹੋ ਹੀ ਇੱਕ ਮਸਜਿਦ ਕੱਖ ਲੱਗ ਜਾਏ ਨਾਲ ਤੇ ਉਹਨੂੰ ਝਾੜ ਕੇ ਜਾਓ ਇਹ ਇੱਥੇ ਸਾਰੇ ਦੇਖੋ ਰੈਪਰ ਪਏ ਨੇ ਹਰ ਚੀਜ਼ ਪਈ ਅੱਛਾ ਉਹ ਦੂਜਾ ਵੀ ਕਾਗਜ਼ ਲੈ ਗਿਆ ਯਾਰ ਤੁਸੀਂ ਕਬਜ਼ਾ ਕੀਤਾ ਨਾ ਮਸਜਿਦ ਆ ਨਹੀਂ ਭਾਈ ਅਸਾਂ ਕਬਜ਼ਾ ਇਹ ਤਾਲਾ ਕਿਹਦਾ ਹੈ ਇਹ ਤਾਲਾ ਤਾਲੇ ਦੇ ਵਿੱਚ ਅਸਾਂ ਮੰਜੀ ਡਾਲ ਕਿੰਨੇ ਅਰਸੇ ਤੋਂ ਸਰ ਮਸਜਿਦ ਬਣਾ ਲੱਗੇ ਇਹ ਸਰ ਤਕਰੀਬਨ ਅੱਜ ਤੋਂ ਕੋਈ 20 ਦਿਨ ਪਹਿਲਾਂ ਵੀ ਅਸੀਂ ਇਹਨਾਂ ਨੂੰ ਨਾ ਆ ਕੇ ਬੜੇ ਮੋਦਬਾਨਾ ਤਰੀਕੇ ਨਾਲ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਸ਼ਾਹ ਜੀ ਇਹ ਦਰਵਾਜ਼ਾ ਖੋਲ੍ਹੋ ਮਸਜਿਦ ਮਸਜਿਦ ਵਾਲੀ ਜਗ੍ਹਾ 'ਤੇ ਚਲੋ ਛੱਤ ਪੈ ਗਈ ਹੈ ਇਹਨੂੰ ਸ਼ਹੀਦ ਕੀਤਾ ਸੀ ਚਲੋ ਉਹਦੇ ਉੱਤੇ ਛੱਤ ਪਈ ਹੈ ਇਹਨੂੰ ਤੁਸੀਂ ਖੋਲ੍ਹੋ ਇਹਦੇ 'ਚ ਅਜ਼ਾਨ ਹੋਵੇ ਇਹਦੇ 'ਚ ਲੋਕ ਨਮਾਜ਼ ਪੜ੍ਹਨ ਅਤੇ ਅੱਗੋਂ ਸੇਨ ਵਗੈਰਾ ਮੈਂ ਬਣਵਾ ਦੇਣਾ ਟੂਟੀਆਂ ਲਵਾ ਦੇਣਾ ਟੈਂਕੀ ਬਣਵਾ ਦੇਣਾ ਇਹਨੂੰ ਚੱਲਣ ਦਿਓ ਮਗਰ ਇਹਨਾਂ ਨੇ ਸਾਡੇ ਰਿਕੁਐਸਟ 'ਤੇ ਵੀ ਤਾਲਾ ਨਹੀਂ ਜਨਾਬ ਖੋਲ੍ਹਿਆ ਠੀਕ ਹੈ ਅਤੇ ਹੁਣ ਅਸੀਂ ਜਿਹੜਾ ਅਸੀਂ ਮਜਬੂਰ ਹਾਂ ਕਿ ਅਸੀਂ ਜਿਹੜਾ ਕੀ ਕਰੀਏ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਜੇ ਤਾਂ ਇਹ ਲੋਕ ਪੀਰਾਂ ਦਾ ਇਹਤਰਾਮ ਕਰਦੇ ਨੇ ਜੇ ਅਸੀਂ ਇਹਨਾਂ ਨੂੰ ਕੋਈ ਕੋਈ ਸਸਤੀ ਕਰੀਏ ਅਤੇ ਅਸੀਂ ਫਿਰ ਵੀ ਸਾਡੇ ਤੇ ਜੀ ਉਹ ਜੀ ਪੀਰਾਂ ਨੂੰ ਫਲਾਣੇ ਚੌਧਰੀ ਨੇ ਇੰਝ ਕਰ ਦਿੱਤਾ ਅਤੇ ਉਹ ਆ ਪੀਰ ਐਵੇਂ ਤਾਂ ਨਹੀਂ ਹੁੰਦੇ ਪੀਰ ਤੇ ਲੋਕਾਂ ਨੂੰ ਜੋੜਨ ਵਾਲੇ ਹੁੰਦੇ ਨੇ ਤੁਸੀਂ ਤੋੜ ਦਿੱਤਾ ਭਾਈ ਅਸੀਂ ਕਿਵੇਂ ਤੋੜ ਦਿੱਤਾ ਖੁਦਾ ਦੇ ਬੰਦੇ ਹੋ ਕਿ ਮਸਜਿਦ ਦੀਆਂ 2 ਸਾਡੇ ਸਿਧਰਾਂ ਦੀਆਂ 2 ਮਸਜਿਦਾਂ ਨੇ ਉਹ ਪਿੰਡ ਸਿਧਰ ਉੱਧਰ ਹੈ ਇਹ ਦਰਬਾਰ ਦੀ ਜਗ੍ਹਾ ਹੈ ਅਤੇ ਦਰਬਾਰ ਦੀ ਮਸਜਿਦ ਹੈ ਮਸਜਿਦ ਚੀਜ਼ਾਂ ਪਈਆਂ ਨੇ ਟੂਟੀਆਂ ਪਈਆਂ ਨੇ ਉਹ ਜਿਹਨੂੰ ਤੁਸੀਂ ਖੁਲਵਾਓ ਜ਼ਰਾ ਮਸਜਿਦ ਖੁਲਵਾਓ ਤਾਲਾ ਉਹ ਜਿਹੜੀਆਂ ਤੁਸੀਂ ਦੱਸਦੇ ਹੋ ਉੱਥੇ ਉਜਰਾ ਮਸਜਿਦ ਦਾ ਉਹਨੂੰ ਵੰਡ ਕੇ ਦੇਤਾ ਉਜਰੇ ਦੀ ਗੱਲ ਅਲੱਗ ਹੈ ਉਜਰਾ ਮਸਜਿਦ ਤੋਂ ਬਾਹਰ ਹੁੰਦਾ ਇਹ ਫਰਜ਼ ਹੈ ਮਸਜਿਦ ਦੀ ਇਹ ਭਾਈ ਅੱਜ ਲਾਇਆ ਇਹ ਫਰਜ਼ ਹੈ ਇਹ 2015 ਦੇ ਵਿੱਚ ਮੈਂ ਸਟਾਮ ਲਿਖ ਕੇ ਦਿੱਤਾ ਹੈ ਉਹ ਗੱਲ ਕਰ ਰਹੇ ਹੋ ਨਾ ਇਹ ਅਦਾਲਤ ਦੀ ਗੱਲ ਕਰ ਰਹੇ ਹੋ ਅਸੀਂ ਤੇ ਬਿਲਕੁਲ ਜ਼ਮੀਨੀ ਹਕਾਇਕ ਦੀ ਗੱਲ ਕਰ ਰਹੇ ਹਾਂ ਭਾਈ ਜ਼ਮੀਨੀ ਘਾਇਦ ਦਾ ਕਰਕੇ ਦਿੱਤਾ ਅੱਛਾ ਤੁਸੀਂ ਜਦੋਂ ਸ਼ਹੀਦ ਕਰਦੇ ਹੋ ਤੁਸੀਂ ਕਿਵੇਂ ਬਣਾਵਾਂ ਮੈਂ ਨਹੀਂ ਸ਼ਹੀਦ ਅੱਛਾ ਚਲੋ ਉਹ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਬਣਾ ਰਹੇ ਮੈਂ ਬਣਾਉਣੀ ਨਹੀਂ ਦਿੰਦੇ ਹੈਗੀ ਆ ਮੈਂ ਬਣਾ ਹੀ ਨਹੀਂ ਦਿੰਦੇ ਉਹਨਾਂ ਨੇ ਸ਼ਹੀਦ ਕੀਤੀ ਔਰ ਸਾਰੇ ਇਹਨਾਂ ਲੋਕਾਂ ਨੇ ਕਿਹਾ ਕਿ ਚਲੋ ਜੀ ਇਹਨੂੰ ਮਸਜਿਦ ਨੂੰ ਜਿਹੜਾ ਨਾ ਉਹ ਵਸੀਹ ਕਰ ਲੈਣੇ ਜਨਾਬ ਜਦੋਂ ਛੱਤ ਲੈ ਗਈ ਬਾਅਦ 'ਚ ਇਹਨਾਂ ਨੇ ਤਨਾਜ਼ਾ ਜਿਹੜਾ ਉਹ ਆਪਣੀ ਜਗ੍ਹਾ ਵਾਲਾ ਜਿਹੜਾ ਉਹ ਕਰ ਲਿਆ ਸ਼ੁਰੂ ਬਾਅਦ 'ਚ ਛੱਤ ਛੁੱਤ ਤੇ ਅਸੀਂ ਪਵਾ ਦਿੱਤੀ ਮਗਰ ਉਦੋਂ ਦਾ ਤਾਲਾ ਵੱਜਿਆ ਚਲੋ ਮਸਜਿਦ ਜਿਹੜੀ ਸ਼ਹੀਦ ਹੋਈ ਹੈਂਜੀ ਛੱਤ ਜਿਹੜੀ ਉਹ ਮਿਲ ਜੁਲ ਕੇ ਸਾਰਿਆਂ ਨੇ ਬਣਵਾ ਲਈ ਇਹ ਛੱਤ ਇਹ ਕਮਰਾ ਜਾਂ 1 ਰੁਪਈਆ ਨਹੀਂ ਕਿਸੇ ਨੇ ਦਿੱਤਾ ਸਾਰੇ ਬੈਰੀ ਮੁਕੰਮਲ ਗੱਲ ਤੇ ਸੁਣ ਕੇ ਅੱਲਾ ਦੀ ਰਜ਼ਾ ਵਾਸਤੇ ਅੱਲਾ ਦੀ ਰਜ਼ਾ ਵਾਸਤੇ ਅੱਲਾ ਦੀ ਰਜ਼ਾ ਵਾਸਤੇ ਖੋਲੋ ਇਹਨੂੰ ਖੋਲੋ ਜਿਹੜੇ ਮਕਾਨ ਤੇ ਪੈਸੇ ਲਾਏ ਨੇ ਤਰੋੜੀ ਨੇ ਖੁਰਲੀਆਂ ਤਰੋੜੀ ਇਹਨੂੰ ਖੋਲਣਾ ਤਾਂ ਮਸਜਿਦ ਨੂੰ ਖੋਲ ਦਿਆ ਇਹਨੂੰ ਖੋਲੋ ਭਾਈ ਖੋਲ ਦਿਆਂਗੇ ਮੈਂ ਦੇਖਾਂ ਤਾਂ ਕਿੰਨੀਆਂ ਸਫਾ ਪਈਆਂ ਖੋਲ ਦੇ ਟੂਟੀਆਂ ਪਈਆਂ ਨੇ ਟੂਟੀਆਂ ਭਜੀਆਂ ਪਈਆਂ ਤੁਸੀਂ ਖੋਲੋ ਜਰਾ ਦੇਖਾਂ ਤਾਂ ਖੁਲਾ ਦੇ ਤਾਲਾ ਖੁਲਵਾਓਗੇ ਖੋਲਦਾ ਯਾਰ ਅਸਾਂ ਕੋਈ ਕਬਜ਼ਾ ਕੀਤਾ ਯਾਰ ਤੂੰ ਜ਼ਬਰਦਸਤੀ ਨਾ ਕਰ ਫਿਰ ਮੇਰਾ ਬਲੱਡ ਹੈਵੀ ਹੋ ਜਾਏਗਾ ਯਾਰ ਫਾਇਦਾ ਨਹੀਂ ਹੈਗਾ ਜਦੋਂ ਮੈਂ ਕਹਿੰਦਾ ਵਾ ਕਿ ਮੈਂ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈਗਾ ਤੇ ਤੈਨੂੰ ਤੁਸੀਂ ਲੋਕਾਂ ਦੇ ਇਲਾਜ ਕਰਦੇ ਹੋ ਖੋਲ ਤੁਸੀਂ ਲੋਕਾਂ ਦਾ ਫੂਕਾ ਮਾਰ ਕੇ ਸ਼ੂਗਰ ਖਤਮ ਕਰ ਦਿੰਦੇ ਹੋ ਤੁਸੀਂ ਤੁਹਾਡੀ ਬਲੱਡ ਪ੍ਰੈਸ਼ਰ ਕਿਵੇਂ ਆਇਆ ਹੋ ਸਕਦੇ ਨੇ ਨਾ ਜਦੋਂ ਅੰਮ੍ਰਿਤ ਦਾ ਬਲੱਡ ਪ੍ਰੈਸ਼ਰ ਕਿਵੇਂ ਆਇਆ ਤੇਲ ਨਾ ਲਾ ਮਸਜਿਦ ਭਾਈ ਇਹ ਮਸਜਿਦ ਬਣਾਉਣੇ ਇੱਥੇ ਬਣਨ ਨਹੀਂ ਦਿੰਦੇ ਪੂਰਾ ਪਿੰਡ ਕਹਿ ਰਿਹਾ ਪੂਰਾ ਪਿੰਡ ਅੰਦਰ ਆ ਜਾਏ ਜ਼ਰਾ ਅੰਦਰ ਆਓ ਜ਼ਰਾ ਇਹ ਮਸਜਿਦ ਇਹ ਮਸਜਿਦ ਬਣਾ ਰਹੇ ਜੀ ਇਹ ਪੀਰ ਸਾਹਿਬ ਮਸਜਿਦ ਬਣਾ ਰਹੇ ਪੀਰ ਸਾਹਿਬ ਨਹੀਂ ਮਸਜਿਦ ਪਹਿਲੇ ਮਸਜਿਦ ਉਹ ਸੀ ਛੋਟੀ ਮਸਜਿਦ ਉਹਨਾਂ ਸ਼ਹੀਦ ਕੀਤੀ ਅਸਾਂ ਆਪਣਾ ਘਰ ਢਾਇਆ ਅਸਾਂ ਆਪਣਾ ਘਰ ਢਾਇਆ ਭਾਈ ਤੇ ਮਿੱਟੀ ਨਹੀਂ ਬਾਂਧ ਦਿੰਦੇ ਅੱਛਾ ਜੀ ਇਹ ਤਨਾਜ਼ਾ ਦੇਖੇ ਜੀ ਮਸਜਿਦ ਪਿੱਛੇ ਥੀ ਔਰ ਇਸਕੀ ਤੋਸੀ ਕੇ ਲੀਏ ਮਸਜਿਦ ਕੋ ਆਗੇ ਜਾਣੇ ਕੇ ਲੀਏ ਇਹਨੋਨੇ ਵੋ ਜਗ੍ਹਾ ਆਪਣੇ ਘਰ ਕੀ ਮਸਜਿਦ ਮੇ ਸ਼ਾਮਿਲ ਕੀ ਔਰ ਇਸ ਮਸਜਿਦ ਕੋ ਤਾਲਾ ਲਗਾ ਦਿਆ ਇਸਕੋ ਇਹ ਅਭੀ ਵੀ ਲੋਕ ਹੈ ਔਰ ਕਹਿਣੇ ਕੇ ਬਾਵਜੂਦ ਇਸਕੋ ਨਹੀਂ ਖੋਲਾ ਜਾ ਰਹਾ ਖੋਲ ਕੇ ਦਿਖਾਏ ਸਮਾਨ ਕਿਆ ਹੈ ਇਹ ਮਸਜਿਦ ਕੀ ਜਗ੍ਹਾ ਜਿਸ ਜਗ੍ਹਾ ਪੇ ਹਮ ਖੜੇ ਹੈ ਔਰ ਮਸਜਿਦ ਕੋ ਤਾਲਾ ਲਗਾਇਆ ਹੋਇਆ ਹੈ ਜ਼ੁਲਫਕਾਰ ਸ਼ਾਹ ਸਾਹਿਬ ਨੇ ਇਹ ਜਗ੍ਹਾ ਜੀ ਮਸਜਿਦ ਦੀ 2 ਕਨਾਲਾਂ ਇਹਨਾਂ ਦੀ ਕੋਸ਼ਿਸ਼ ਇਹ ਵੀ ਇਹਨਾਂ ਦਾ ਇੱਥੇ ਬਰਾਂਡਾ ਸੀ ਮਾਲ ਦਾ ਉਹ ਟਾਹ ਲਿਆ ਖੁਰਲੀਆਂ ਨਾਲ ਡਾਹ ਦਿੱਤੀਆਂ ਮਾਲ ਉਹ ਉੱਧਰ ਲੈ ਗਏ ਨੇ
ਇਹਨਾਂ ਦਾ ਮੇਨ ਮਕਸਦ ਹੈ ਵੀ ਇਹ ਜਿਹੜੀ ਦੋ ਕਨਾਲਾਂ ਇਹ ਮਸਜਿਦ ਦੇ ਵਿੱਚ ਹੀ ਆ ਗਈ ਜਿਹੜੇ ਮਾਲ ਵਾਲੀਆਂ ਨੇ ਹਾਂਜੀ ਮਾਲ ਹਾਂਜੀ ਹਾਂਜੀ ਆਵੇ ਨਾ ਉਹ ਰਹੋ ਨਾ ਤੁਹਾਨੂੰ ਬਹਾਓ ਮੈਂ ਤਾਂ ਇੱਕ ਬਜ਼ੁਰਗੋ ਗੱਲ ਸੁਣੋ ਮੇਰੀ ਬਜ਼ੁਰਗੋ ਮੇਰੀ ਗੱਲ ਸੁਣੋ ਜਦੋਂ ਵੀ ਕੋਈ ਮਸਜਿਦ ਬਣਦੀ ਹੈ ਔਰ ਉਹਦੇ 'ਚ ਤੌਸੀ ਕੀਤੀ ਜਾਂਦੀ ਹੈ ਅਤੇ ਮਸਜਿਦ 'ਚ ਨਮਾਜ਼ ਜਾਂ ਅਜ਼ਾਨ ਬੰਦ ਨਹੀਂ ਹੁੰਦੀ ਨਹੀਂ ਹੁੰਦੀ ਇੱਥੇ ਕਿਉਂ ਬਸ ਜੀ ਇੱਥੇ ਵੀ ਕੋਈ ਨਹੀਂ ਇੱਥੇ ਅਜ਼ਾਨ ਹੁੰਦੀ ਸਰ ਪਹਿਲੋਂ ਲਾਊਡ ਸਪੀਕਰ ਇਹ ਆਪ ਦੋ ਮਸਜਿਦਾਂ ਨੇ ਦੋ ਜ਼ਾਨਾਂ ਇੱਥੇ ਇੱਥੇ ਦੀ ਗੱਲ ਕਰ ਨਮਾਜ਼ ਪੜ੍ਹੀ ਜਾਂਦੀ ਹੈ ਇੱਥੇ ਪੜ੍ਹੀ ਜਾਂਦੀ ਨਮਾਜ਼ ਇੱਥੇ ਨਹੀਂ ਇੱਥੇ ਤਾਂ ਨਹੀਂ ਨਾ ਪੜ੍ਹੀ ਜਾਂਦੀ ਅੰਦਰ ਹੀ ਪੜ੍ਹੀ ਜਾਂਦੀ ਉਹ ਆਪਣੀ ਉੱਧਰ ਪੜ੍ਹ ਲੈਂਦਾ ਅਸਾਂ ਉੱਧਰ ਪੜ੍ਹ ਲੈਂਦੇ ਹਾਂ ਪਿੰਡ ਵਾਲੇ ਜਿਹੜੇ ਨੇ ਆਪਣੀਆਂ ਮਸਜਿਦਾਂ 'ਚ ਪੜ੍ਹ ਲੈਂਦੇ ਮਸਜਿਦ 'ਚ ਅਜ਼ਾਨ ਬੰਦ ਕਰਨ ਦਾ ਗੁਨਾਹ ਪਤਾ ਤੁਹਾਨੂੰ ਕੀ ਬੰਦ ਕੀਤਾ ਹੀ ਨਹੀਂ ਹੈ ਵੀ ਪੀਰ ਸਾਹਿਬ ਨੇ ਆਪਣਾ ਲੰਗਰ ਖਾਨੇ ਕਾ ਇੰਤਜ਼ਾਮ ਕਰ ਰੱਖਾ ਹੈ ਯੇ ਉਰਸ ਪੇ ਜੋ ਲੰਗਰ ਬਨਤਾ ਨਾ ਲੰਗਰ ਉਰਸ ਪੇ ਯੇ ਵੋ ਦੇਖੇ ਉਸਕੇ ਇਲਾਵਾ ਕੁਛ ਨਹੀਂ ਪੜਾ ਸਫਾਈ ਕਿਧਰ ਹੈ ਟੂਟੀਆਂ ਕਿਧਰ ਹੈ ਟੂਟੀਆਂ ਪਈਆਂ ਨੇ ਉਹ ਸਮਾਨ ਪਿਆ ਹੈ ਪਾਈਪ ਪੜਾ ਔਰ ਇਹ ਦੇਖ ਕਾ ਸਮਾਨ ਪੜਾ ਮਸਜਿਦ ਯਾਰ ਮਸਜਿਦ ਦੀ ਦੇਖ ਸਫਾਈ ਕਿਧਰ ਅੱਛਾ ਉਹ ਵੀ ਇੱਥੇ ਪਈ ਸੀ ਇਹ ਤੇ ਜਿਹੜਾ ਹੁਣ ਇੱਕ ਬਣਾਇਆ ਕਹਤੇ ਯਹਾਂ ਪੇ ਅਭੀ ਆਪ ਝੂਠ ਕਿਉਂ ਬੋਲਦੇ ਹੋ ਯਾਰ ਝੂਠ ਨਹੀਂ ਹੈ ਮਸਜਿਦ ਉਧਰ ਬਣਾ ਰਹੇ ਹੈ ਨਾ ਹੈ ਕਿ ਯਹਾਂ ਪੇ ਅਜ਼ਾਨ ਹੁੰਦੀ ਹੈ ਨਮਾਜ਼ ਪੜਤੇ ਹੈ ਲੋਕ ਕਹਾਂ ਪੜਤੇ ਹੈ ਕਿਧਰ ਇੱਧਰ ਮੈਂ ਤੁਹਾਨੂੰ ਕਦੋਂ ਆਖਿਆ ਨਮਾਜ਼ ਪੜ੍ਹਦੇ ਨੂੰ ਹੁਣ ਤੇ ਮਸਜਿਦ ਦੀ ਨਮਾਜ਼ ਪੜ੍ਹਦੇ ਹੈ ਨਾ ਜਦੋਂ ਇਹ ਮਸਜਿਦ ਸ਼ਹੀਦ ਹੋਈ ਹੈ ਮਸਜਿਦ ਕਿਉਂ ਖਤਮ ਕੀ ਯਾਰ ਕਿਸੇ ਨੇ ਖਤਮ ਨਹੀਂ ਕੀ ਮਸਜਿਦ ਤਾਂ ਬਣਾ ਰਹੇ ਹੈ ਮਸਜਿਦ ਕਹਿੰਦੇ ਜੀ ਮਸਜਿਦ ਬਣਾ ਰਹੇ ਹੈ ਆਪਨੇ ਦੇਖਾ ਕਿ ਯਹਾਂ ਪੇ ਇਹਨਾਂ ਨੇ ਜ਼ੁਲਫਕਾਰ ਸ਼ਾਹ ਸਾਹਿਬ ਕਾ ਸਫੇਦ ਝੂਠ ਜੋ ਹੈ ਵੋ ਪਕੜਾ ਗਿਆ ਹੈ ਸਫੇਦ ਝੂਠ ਸਫੇਦ ਬਿਲਕੁਲ ਕਿ ਯਹਾਂ ਪੇ ਅੰਦਰ ਸਫੇ ਹੈ ਯਹਾਂ ਪੇ ਅੰਦਰ ਟੂਟੀਆਂ ਨਾ ਯਹਾਂ ਪੇ ਸਫੇ ਨਾਜ਼ਰੀ ਔਰ ਨਾ ਯਹਾਂ ਟੂਟੀਆਂ ਯਹਾਂ ਪੇ ਦੋ ਦੇਗੇ ਪੜੀ ਜੋ ਕਿ ਲੰਗਰ ਕਾ ਸਮਾਨ ਪਨਤਾ ਹੈ ਯੇ ਆਪਸ ਕੇ ਤਨਾਜ਼ੇ ਕੀ ਵਜਹ ਸੇ ਇਸ ਗਾਓਂ ਕਾ ਕਿਆ ਕਸੂਰ ਹੈ ਯਹਾਂ ਕੇ ਨਮਾਜ਼ੀਓਂ ਕਾ ਕਿਆ ਕਸੂਰ ਹੈ ਨਾ ਯਹਾਂ ਪੇ ਅਜ਼ਾਨ ਕੀ ਆਵਾਜ਼ ਆਪਕੋ ਸੁਣਨੇ ਕੋ ਮਿਲਤੀ ਹੈ ਇਸ ਮਸਜਿਦ ਸੇ ਜਹਾਂ ਪੇ ਸੋਮੋ ਸਲਾਦ ਕੇ ਪਾਬੰਦ ਲੋਕ ਆ ਕੇ ਨਮਾਜ਼ ਪੜ੍ਹਤੇ ਥੇ ਔਰ ਯੇ ਤਮਾਮ ਲੋਕੋਂ ਕਾ ਸ਼ਿਕਵਾ ਯਹੀ ਹੈ ਕਿ ਇਨਕੀ ਆਪਸ ਕੇ ਤਨਾਜ਼ੇ ਕੀ ਬਾਤ ਜੋ ਹੈ ਵੋ ਕਸੂਰਵਾਰ ਜੋ ਹੈ ਵੋ ਗਾਓਂ ਕਿਉਂ ਹੈ ਇਨਕੇ ਆਪਸ ਕੇ ਝਗੜੋਂ ਕੇ ਕੀ ਵਜਹ ਸੇ ਮਸਜਿਦ ਕਿਉਂ ਛੀਨ ਲੀ ਗਾਓਂ ਸੇ ਆਖਿਰ ਵਜ੍ਹਾ ਕਿਆ ਹੈ ਯਹਾਂ ਪੇ ਪਹਿਲੇ ਉੱਪਰ ਮੀਨਾਰ ਮੌਜੂਦ ਥੇ ਲੇਕਿਨ ਅਬ ਮੀਨਾਰ ਮੌਜੂਦ ਨਹੀਂ ਯਹਾਂ ਪੇ ਅਭੀ ਅਜ਼ਾਨ ਵਗੈਰਾ ਨਹੀਂ ਹੋਤੀ ਯਹਾਂ ਪੇ ਨਮਾਜ਼ ਵਗੈਰਾ ਜੋ ਹੈ ਵੋ ਨਹੀਂ ਪੜ੍ਹੀ ਜਾਤੀ ਪੀਰ ਅਮੀਨ ਸ਼ਾਹ ਪਰ ਜੋ ਇਲਜ਼ਾਮ ਹੈ ਕਿ ਜੀ ਉਹਨਾਂ ਨੇ ਮਸਜਿਦ ਕੋ ਗਿਰਾਇਆ ਔਰ ਉਹ ਨਹੀਂ ਬਣਨੇ ਦੇ ਰਹੇ ਕਿਉਂਕਿ ਵੋ ਮਸਜਿਦ ਕੋ ਵਸੀ ਕਰਨਾ ਚਾਹਤੇ ਹੈ ਅਗਰ ਯੇ ਸਾਹਿਬ ਮਸਜਿਦ ਕੋ ਵਸੀ ਕਰਨਾ ਚਾਹਤੇ ਹੈ ਜ਼ੁਲਫਕਾਰ ਸ਼ਾਹ ਸਾਹਿਬ ਤੋ ਅੱਲਾ ਦੇਖ ਰਿਹਾ ਹੈ ਕਿ ਉਸਕੇ ਘਰ ਕੀ ਤੋਸੀ ਕੇ ਲੀਏ ਯਹਾਂ ਪੇ ਨਮਾਜ਼ ਵੀ ਬੰਦ ਕਰ ਦੀ ਅਬ ਫਿਰ ਤਾਲਾ ਲਗਾ ਦਿਆ ਯੇ ਜ਼ਰਾ ਦਿਖਾਏ ਵੋ ਫਿਰ ਤਾਲਾ ਲਗਾ ਦਿਆ ਜ਼ੁਲਫਕਾਰ ਸ਼ਾਹ ਸਾਹਿਬ ਆਪਨੇ ਫਿਰ ਤਾਲਾ ਲਗਵਾ ਦਿਆ ਚਲੇ ਜਾਂਦੇ ਨਾ ਘਰ ਅਸੀਂ ਇਹ ਦਾਦੇ ਪੜਦਾਦੇ ਸਾਡੇ ਦਾ ਮਜ਼ਾਰ ਹੈ ਨਾ ਮਸਜਿਦ ਤੇ ਨਹੀਂ ਨਾ ਯਾਰ ਮਜ਼ਾਰ ਦੀ ਗੱਲ ਕਰਨਾ ਨਾ ਜਿਹੜੀ ਮੇਨ ਗੱਲ ਹੈ ਅਸਲ ਸਾਨੂੰ ਕੱਢਦੇ ਹੋ ਨਾ ਤੂੰ ਤੇ ਅਸੀਂ ਭਾਵੇਂ ਘਰ ਟੁੱਟ ਜਾਂਦੇ ਆ ਉਹ ਤੁਸੀਂ ਆਪਣਾ ਸਾਹ ਲਵੋ ਤੁਸੀਂ ਜਾਓ ਨਾ ਤੁਸੀਂ ਮਸਜਿਦ ਆਬਾਦ ਕਰੋ ਤੁਸੀਂ ਅਜ਼ਾਨ ਵਗੈਰਾ ਦੋ ਨਮਾਜ਼ ਪੜਾਓ ਨਮਾਜ਼ ਪੜਾਉਂਦੇ ਰਹੋ ਤੁਸੀਂ ਨਮਾਜ਼ ਪੜਾਉਂਦੇ ਯਾਰ ਮੈਂ ਬਾਤ ਕਰਨਾ ਯਾਰ ਤੂੰ ਮੇਰੀ ਸੁਣਦਾ ਨਹੀਂ ਨਮਾਜ਼ ਪੜਾਤੇ ਆਪ ਆਸਾ ਨਹੀਂ ਦੇਈਦਾ ਨਮਾਜ਼ ਪੜਾ ਸਭ ਉਹ ਹੁੰਦਾ ਜਿਹੜਾ ਗੱਲ ਹੱਕ ਦੀ ਬਾਤ ਕਰੇ ਅੱਜ ਕੇ ਬਾਅਦ ਤਾਲਾ ਨਹੀਂ ਲਗਾਇਆ ਜਿਹੜਾ ਹੱਕ ਦੀ ਬਾਤ ਕਰੇ ਆਪ ਇਸੀ ਮੇਂ ਦੋ ਸਫੇ ਲਗਾ ਦੇ ਇਹ ਅਦਾਲਤ ਮੇਂ ਕੇਸ ਚੱਲ ਰਹਾ ਨਾ ਚੱਲ ਤੋ ਐਸੇ ਕਰੇ ਆਪ ਇਸੀ ਕਾ ਤਾਲਾ ਖੋਲੇ ਅੰਦਰ ਦੋ ਸਫੇ ਲਗਾ ਦੇ ਤਾਂ ਕਿ ਇਹ ਨਮਾਜ਼ ਪੜਾ ਦੇ ਠੀਕ ਹੈ ਇਹ ਠੀਕ ਹੈ ਜੇ ਕੋਈ ਨਕਾਰ ਹੈ ਗੱਲ ਜੇ ਆਖਣ ਭਾਈ ਮੇਰੀ ਬਾਤ ਸੁਣ ਲਓ ਮੈਂ ਤੁਹਾਨੂੰ ਕੋਈ ਨਹੀਂ ਦੱਸਦਾ ਜੇ ਕਹਿਣ ਕੋਈ ਬੰਦਾ ਇਹ ਗੱਲ ਕਵੇ ਸਫੇ ਲੈ ਕੇ ਆਏ ਮਸਜਿਦ ਸਾਤ ਵਾਲੀ ਮਸਜਿਦ ਸੇ ਦੋ ਸਫੇ ਕਿਉਂ ਸਾਡੇ ਕੋਲੇ ਹੈਗੀ ਹੈ ਨਾ ਅਸੀਂ ਆਪਣੀਆਂ ਲੈ ਚਲੇ ਮੰਗਵਾਏ ਅੱਛਾ ਭਾਈ ਮੇਰੀ ਬਾਤ ਤਾਂ ਸੁਣੋ ਪੂਰੀ ਠਹਿਰ ਜਾਓ ਜੇ ਕੋਈ ਬੰਦਾ ਇਹ ਗੱਲ ਕਵੇ ਕਿ ਮੈਂ ਇੱਥੇ ਕਬਜ਼ਾ ਕਰਕੇ ਇੱਥੇ ਮਸਜਿਦ ਬਣਾ ਲਿਆ ਤੇ ਪਿਛਲੀ ਜਗ੍ਹਾ ਵੇਚ ਲਿਆ ਦੇਖੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸ਼ਾਹ ਸਾਹਿਬ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕੋਈ ਨਹੀਂ ਚੱਲਣੀ ਹੈ ਦੀਨ ਹੁੰਦਾ ਵੇ ये कब्जा करने के बाद ये आप देख सकते हैं उर्स और लंगर खाना लिखा गया जिस कमरे से हम अभी वापस आ रहे हैं ये जिस रूम से अभी वापस निकले हम वहाँ पे जहाँ पे दो देगे पड़ी हुई थी और पीर ज़ुल्फ़िकार शाह साहब का दावा था कि वहाँ पे जो है वो देगे नहीं बल्कि वहाँ पे सफ़े पड़ी हुई हैं।